मजीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मजीद इस तरह की वीडियो की नोटिफिकेशन आपको टाइम पर मिलती रहे। शुरू बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम है आतिफ सिद्दात, आप देख रहे हो जानी बेस्ट चैनल। दोस्तों जी 27 मई 2024 और दिन है आज दोस्तों जी सोमवार का, लास्ट वीडियो ला रहे हैं रेगुलर बेसिस पे रांझा डेयरी फार्म की। मियांवाल रांझा की मेन लोकेशन है कुटियाला शेखा तो तकरीबन कोई 3 से 4 किलोमीटर मियांवाल रांझा रोड है, और अगर सालम इंटरचेंज की गल करिए तो सालम तो 30 किलोमीटर का फासला है, गोजरा स्टाप तो अगर तकरीबन कोई 5-7 किलोमीटर अगे चल के कुटाला शेखा का स्टाप आता उ 4 किलोमीटर अगे। बड़ी टॉप दियाँ सिर्फ और सिर्फ 3 टॉप 3 काउस, आई टॉप 3 गावं थोड़ा विखा रहे हैं जिद दंद खोल के विखावे, चौगी वैड भी होएगी माशाल्लाह छिगियां ने और 2 दूजना 1 पैलन तो मूँह च चौगी माशाल्लाह जी ए अडर क्लास क्वालिटी तो गबना सूइया भी वैड़ा मौजूद ने। डिटेला लें अंकल दोस्त मुहम्मद साहब मेरे मौजूद ने और जेडे बराह ने सही असल लोकेशन लोकेशन इस जगह की एक सेंटर का गढ़ है। तुम मंडी आ रहे हो, फालियो आ रहे हो, तुम गुजरात तो आ रहे हो, तुम खारियाँ आ रहे हो, जेलम आ रहे हो, चकवाल तो आ रहे हो, इस्लामाबाद तो आ रहे हो, लाहौर शेखोपुरे आ रहे हो, किसी भी साइड तो आ रहे हो, तो एक मेन गढ़ समझा जाता है कुटियाला शेखां दा। तुहानू इत्थे अच्छी चीज़ मिलेगी, मंडी तो तकरीबन कोई 15 किलोमीटर है और सालम तो 25 किलोमीटर 30 किलोमीटर का सफर है। डिटेल लेंगे, असलाम चाचू सेहत तबीयत कैसी? शुक्र अल्लाह पाक। जानवर ऑनलाइन भी लोग ज्यादा परचेजिंग करते हैं, कुछ मौके पर भी आते हैं, ਤੁਹਾਡਾ ਕੀ ਗੱਲ ਹੈ? ਸਾਡਾ ਕੋਈ ਇਤਰਾਜ਼ ਨਹੀਂ, ਕੋਈ ਆਨਲਾਈਨ ਲਵੇ ਜਾਂ ਮੌਕਾ ਤੇ ਆਵੇ, ਉਹਨ ਪਸੰਦ ਲੱਗੇ ਬਾਇਨ ਤੇ ਉਹ ਲੈ ਜਾਵੇ, ਨਾ ਪਸੰਦ ਲੱਗੇ ਤੇ ਫਿਰ ਸਾਡਾ ਜਾਨਵਰ ਅੱਗੇ ਸਾਡਾ। ਅੱਛਾ ਜਿਹੜੀ ਗੱਲ ਦੱਸਾਂ ਦੇ ਉਹਦੇ ਵਿੱਚ ਇਨਸ਼ਾਅੱਲਾ ਤਾਲਾ 100% ਪੂਰੀ ਹੋਵੇ, ਪੂਰੀ ਹੋਵੇ ਜੀ। ਜਿਹੜੇ ਦੁੱਧ ਦੀ ਗੱਲ ਨਾ ਹੋਵੇ ਭਾਈ ਹੋਰੀ ਟੋਕਨ ਲਵਾਉਂਦੇ ਨੇ, ਅਸੀਂ ਟੋਕਨ ਨਾਲ ਟੋਕਨ ਵਾਪਸ, ਟੋਕਨ ਨਾਲ ਟੋਕਨ ਵਾਪਸ ਦੇਵਾਂਗੇ ਅਗਰ ਮੌਕੇ ਤੇ ਆ ਕੇ ਜਾਨਵਰ ਪਸੰਦ ਨਹੀਂ ਆਉਂਦਾ। ਦੋਸਤੋ ਜੀ ਇਹ ਗੱਲ, ਅਗਰ ਜਾਨਵਰ 'ਚ ਕੋਈ ਐਪ ਨੁਕਸੇ, ਚਾਰ ਥਣ ਦੱਸੀਏ, ਤਿੱਲੜ ਨਿਕਲੀ ਹੈ, ਕੋਈ ਇਸ਼ੂ ਬਣਿਆ, ਤੁਹਾਨੂੰ ਬਿਆਨਾਂ ਦੇ ਨਾਲ ਬਿਆਨਾ ਵਾਪਸ ਇਨਸ਼ਾਅੱਲਾ ਟੋਕਨ ਨਾਲ ਟੋਕਨ ਮਿਲੇਗਾ, ਔਰ ਅੱਜ ਸਿਰਫ 3 ਲਾਣੀਆਂ ਜੀ, 3 ਇੱਕ ਸੂਈ ਦੋ ਗੱਲ ਸੂਈ ਦੋ ਗੱਲ ਮੁੱਲ ਕੈਸਾ ਮੁੱਲ? ਬਿਲਕੁਲ ਜੀ, ਪਿਛਲੀ ਵੀਡੀਓ ਪਿਛਲੀ ਵੀਡੀਓ ਚਾਚੂ ਦੇ ਰੇਟ ਬੜੇ ਮਕੂਲ ਸਨ ਮਾਸ਼ਾਅੱਲਾ, ਇੱਕ ਹੀ ਬੰਦਾ ਯੂ ਸੀ ਫੋਨ ਕੀਤਾ ਇਹ ਚੋ ਕਿਹੜੀ ਜਗ੍ਹਾ ਦੱਸਿਓ ਭਾਈ? ਉਹ ਚੌਧਰੀ ਗੁਲਾਮ ਅਲੀ ਆਈ ਲਾਹੌਰ ਦਾ, ਲਾਹੌਰ ਤੋਂ ਮਾਸ਼ਾਅੱਲਾ ਜੀ, ਲਾਹੌਰ ਤੋਂ ਇੱਕ ਭਾਈ ਨੇ ਪੂਰਾ ਮਾਲ ਚੁੱਕਿਆ ਔਰ ਅੱਜ ਵੀ ਮੈਨੂੰ ਉਮੀਦ ਹੈ 3 ਜਾਨਵਰ ਨੇ ਇੱਕੋ ਭਾਈ ਸਾਰੇ ਜਾਨਵਰ ਚੁੱਕੇਗਾ। ਲਾਈਕ ਸ਼ੇਅਰ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਚਲਦੇ ਆਪਣੇ ਨੰਬਰ ਕੇ ਜਾਨਵਰ। ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ, ਦੋਸਤੋ ਜੀ ਪਹਿਲਾ ਜਾਨਵਰ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ, ਮਾਸ਼ਾਅੱਲਾ ਜੀ ਬਰੀਡ ਤੇ ਬਲੱਡ ਕ੍ਰਾਸ ਟਚਿੰਗ ਦਾ ਜਾਨਵਰ ਹੈ ਤੇ ਹੈਵੀ ਵੇਟ ਬੋਡੀ ਸਟਰਕਚਰ ਦੇ ਨਾਲ ਹੈ। ਕਹਿੰਦੇ ਜੀ ਵੱਡੀ ਲੈਣੀ ਹੈ ਮਾਸ਼ਾਅੱਲਾ ਜੀ, 2 ਦੀ ਜਾਤ 1 ਰੱਖਣੀ ਹੈ, ਚੰਗੀ ਰੱਖਣੀ ਹੈ, ਫਰੈਸ਼ ਕਾਵ ਹੈ ਹਲੇ ਤੱਕ, ਜੇਰ ਸ਼ੇਰ ਤੋਂ ਬਾਅਦ ਜਿਹੜੇ ਨਾਰੇ ਹੁੰਦੇ ਨੇ ਉਹ ਕਰ ਰਹੀ ਹੈ ਵੈੜ, ਤੇ ਬਾਕੀ ਕੱਦ ਬਹੁਤ ਮਾਸ਼ਾਅੱਲਾ ਜੀ ਬੜੇ ਆਊਟਸਟੈਂਡਿੰਗ। ਅਗਰ ਗੱਲ ਕਰੀਏ ਗੁੱਲਿਆਂ ਦੀ, ਗੱਲ ਕਰੀਏ ਬੋਡੀ ਸਟਰਕਚਰ ਦੀ, ਤੇ ਬੱਚਾ ਰੱਖ ਥੱਲੇ ਬਾਈ ਬੱਚਾ ਜੀ, ਅਸੀਂ ਖਲੋਤੇ ਹਾਂ ਜੀ ਰਾਂਝਾ ਡੇਰੀ ਫਾਰਮ ਦੇ ਉੱਤੇ ਔਰ ਮਾਸ਼ਾਅੱਲਾ ਜੀ ਬੜੇ ਪਿਆਰੇ ਜਾਨਵਰ। ਪਹਿਲੇ ਨੇ ਦੱਸੀ ਹੈ ਗੱਲ ਕਿ ਮੋਟੇ ਮਾਸ਼ਾਅੱਲਾ ਸੋਹਣੇ ਪਾਵਰ ਵਾਲੇ ਕਾਲੇ ਗੁੱਲੇ ਵੇਨਾ ਮੌਜੂਦ ਨੇ, ਰਾਂਝਾ ਡੇਰੀ ਫਾਰਮ ਹੈ, ਮੀਆਂਵਾਲ ਰਾਂਝਾ ਦੀ ਲੋਕੇਸ਼ਨ ਹੈ ਔਰ ਕੁਟਿਆਲਾ ਸ਼ੇਖਾ ਮਾਸ਼ਾਅੱਲਾ ਜੀ। ਚਾਚੂ ਦੋਸਤ ਸਾਹਿਬ ਮੁਹੰਮਦ ਸਾਹਿਬ ਪਹਿਲਾ ਨੱਗ ਮਾਸ਼ਾਅੱਲਾ ਪੂੰਛ ਟਾ ਕੇ ਪਰਸੋਂ ਦੀ ਸੂਈ ਹੈ, ਇਹ ਜੇ ਬੋਲੇ ਵਿੱਚ 24 ਕਿਲੋ ਇਹਦੇ ਕੋਲ ਬੋਲਾ ਸੀ ਮੌਕੇ ਦੇ ਉੱਤੇ, ਮੌਕੇ ਦੇ ਉੱਤੇ ਕੋਈ ਮੇਰਾ ਭਾਈ ਆ ਕੇ 2 ਟਾਈਮ ਰਹਿ ਕੇ ਚਵਾਈ ਕਰ ਲਿਆ। ਸੋਚੋ ਪਰਸੋਂ ਦੀ ਡਿਲੀਵਰਡ ਹੈ, ਪਰਸੋਂ ਦੀ ਅਜ ਤੀਜਾ ਦਿਨ ਹੋ ਗਿਆ, ਤੀਜਾ ਦਿਨ ਹੋ ਗਿਆ ਤੇ ਇਨਸ਼ਾਅੱਲਾ ਤਾਲਾ 3 ਕ੍ਰਾਸ ਕਰੇਗੀ 22 ਤੋਂ 26 ਲੀਟਰ ਬੋਲਾ ਚਵਾ ਕੇ, 26 ਲੀਟਰ ਇਸ ਟਾਈਮ ਮੌਜੂਦ ਹੈ ਤੇ 3 ਲੀਟਰ ਤੋਂ ਜੰਪ ਲੈਸੀ, 3 ਜੰਪ ਲੈਸੀ, ਜੰਪ ਲੈਸੀ ਯਾਨੀ ਕਿ ਮੈਲਾ ਸੱਟ ਸੀ 15-20 ਦਿਨਾਂ ਤੋਂ ਬਾਅਦ 3 ਪਲੱਸ ਹੋ ਜਾਸੀ ਤੋਰ ਭਾਈ।
ਗਰਮੀ ਸ਼ਰਮੀ ਚ ਕਿਆ ਸੀ ਇਹ ਗਰਮੀ ਟੈਂਪਰੇਚਰ ਵਾਕਈ 45 ਰਾਊਂਡ ਅਬਾਊਟ 44-45 ਟੈਂਪਰੇਚਰ ਇਹ ਗਰਲੈਂਡੋ ਦਾ ਕਰਾਸ ਹੈ ਤੇ ਇਹਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਕਿ ਗਰਮੀ ਚ ਖਲੋਤੀ ਹੈ ਵੈਰੀ ਮਾਸ਼ਾਅੱਲਾ ਜੀ ਉਹੀ ਲਵੋ ਜਿਹੜਾ ਮੌਸਮ ਦੇ ਨਾਲ ਚੱਲੇ ਜਾਨਵਰ ਉਹੀ ਜਿਹੜਾ ਹਰ ਮੌਸਮ ਨਾਲ ਚੱਲੇ ਗਰਮੀ ਦੇ ਵਿੱਚ ਗਰਮੀ ਨਾ ਕਰਾਉਣਾ ਤੇ ਫਿਰ ਮਾਸ਼ਾਅੱਲਾ ਜੀ ਦੁੱਧ ਚੰਗਾ ਕਰਨਾ ਇਹ ਇਹਨਾਂ ਜਾਨਵਰਾਂ ਦੀਆਂ ਖਾਸੀਅਤਾਂ ਹੁੰਦੀਆਂ ਹਨ ਖਾਸ ਕਰਕੇ ਇਸ ਬਲੱਡ ਦੇ ਕੋਲ ਜਿਹੜੀ ਇਸ ਟਾਈਮ 24 ਲੀਟਰ ਕਰ ਰਹੀ ਇਸ ਮੌਸਮ ਚ ਫਰੈਸ਼ ਕਾਵ ਹੋ ਕੇ ਚਾਚੂ ਇਹ 23 ਲੀਟਰ ਦੁੱਧ ਨਾਰਮਲ ਕਰਦੇ ਆ ਰਾਣਾ ਫਿਰ ਟ੍ਰੇਨ ਕ੍ਰਾਸ ਕਰੇ ਦੀ ਦੁੱਧ ਮਾਸ਼ਾਅੱਲਾ ਜਿਵੇਂ ਸੋਹਣੇ ਥਣ ਖਿਲੇ ਅਗਲੇ ਕਹਿੰਦੇ ਗੁੱਲੇ ਅਗਲੇ ਸੂਏ ਪਹਿਲੇ ਬਾਰੇ ਵਿੱਚ ਵੀ ਨਾ ਉਹ ਮਾਸ਼ਾਅੱਲਾ ਹੋ ਕੇ ਵੀ ਜਿਹੜੇ ਦੂਜੇ ਸੂਏ ਕਨਫਰਮ ਪਿਆਰ ਦੀ ਗੱਲ ਕਰਿਓ ਪਹਿਲਾ ਜਾਨਵਰ ਹੈ ਮੁਕਤਸਰ ਮੁਹੱਬਤ ਕੋਈ 5-10 ਹਜ਼ਾਰ ਦੀ ਡਿਸਕਾਊਂਟ ਨਹੀਂ ਚਲੋ 5 ਹਜ਼ਾਰ ਛੱਡ ਦੇਣਾ 6-45 ਦੋ ਤੁਸੀਂ ਪਹਿਲਾ ਜਾਨਵਰ 6,45,000 ਮੂੰਹ ਚੋ ਪੂਰੀ ਜਵਾਨ ਬੱਚਾ ਬੱਚਾ 24 ਲੀਟਰ ਦੀ ਮੌਕੇ ਦੀ ਚੁਆਈ ਰਾਂਝਾ ਡੇ ਦੀ ਫਾਰਮ ਮੀਆਂਵਾਲ ਰਾਂਝਾ ਦੀ ਲੋਕੇਸ਼ਨ ਉੱਤੇ ਖਲੋਤੀ ਇੰਜ ਲੈ ਚੱਲ ਬੱਚੇ ਇੰਜ ਲੈ ਚੱਲ ਇੰਜ ਕਾਕੇ ਔਰ ਕੁਆਲਿਟੀ ਤੁਹਾਡੇ ਸਾਹਮਣੇ ਹੈ ਬਰੀਡ ਤੁਹਾਡੇ ਸਾਹਮਣੇ ਹੈ ਸ਼ੌਕ ਦਾ ਕੋਈ ਮੁੱਲ ਨਹੀਂ ਮੌਕੇ ਤੇ ਆ ਕੇ ਚੈੱਕ ਕਰ ਸਕਦੇ ਹੋ ਤਸੱਲੀਆਂ ਕਰ ਸਕਦੇ ਹੋ ਔਰ ਇੱਥੇ ਇੱਕ ਨਹੀਂ ਦੋ ਨਹੀਂ ਮਾਸ਼ਾਅੱਲਾ ਜੀ ਇੱਥੇ ਤੁਹਾਨੂੰ ਅੱਛੀ ਤੋਂ ਅੱਛੀ ਕੈਟਾਗਰੀ 24 ਘੰਟੇ ਮਿਲਦੀ ਹੈ ਕਿਸੇ ਵੀ ਟਾਈਮ ਫੇਰ ਲਿਆਓ ਜੀ ਮੌਕੇ ਤੇ ਆ ਕੇ ਚੈੱਕ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਚੁਆਈ ਕਰ ਸਕਦੇ ਹੋ 24 ਦੀ ਚਾਚੂ ਗੱਲ ਕੀਤੀ ਹੈ ਤੇ ਇਨਸ਼ਾਅੱਲਾ ਤਾਲਾ 24 ਪੂਰਾ ਵੀ ਕਰਾਸਨ ਬਾਕੀ ਤੁਹਾਡੇ ਸਾਹਮਣੇ ਚੀਜ਼ ਹੋਣੀ ਹੈ ਤੁਸੀਂ ਇੱਥੇ ਆ ਕੇ ਤਸੱਲੀਆਂ ਨਾਲ ਚੋਵੋ ਫਿਰ ਲੈ ਕੇ ਜਾਓ 6,45,000 ਜਾਨਵਰ ਨੰਬਰ 1 ਚੋਲਿਸਤਾਨੀ ਕਹਿ ਸਕਦੇ ਹੋ ਗਰਲੈਂਡੋ ਫਰੀਜ਼ਨ ਕਰਾਸ ਚਲਤਾ ਜਾਨਵਰ ਨੰਬਰ 2 ਕੀ ਤਰਫ ਦੋ ਤੋਂ ਜੀ ਜਾਨਵਰ ਨੰਬਰ ਆ ਗਿਆ ਜੇ ਸੈਕੰਡ ਮਾਸ਼ਾਅੱਲਾ ਇੱਕ ਵਾਰੀ ਜਾਨਵਰ ਦਾ ਕੱਦ ਤੇ ਬੁੱਤ ਹਾਈਟ ਵੇਖਣੀ ਹੈ ਤੁਸੀਂ ਚੀਜ਼ ਜਦੋਂ ਖਰੀਦਣੀ ਹੁੰਦੀ ਹੈ ਨਾ ਕੋਸ਼ਿਸ਼ ਕਰਿਆ ਕਰੋ ਖੁਦ ਮੌਕੇ ਤੇ ਆਇਆ ਕਰੋ ਜਦੋਂ ਖੁਦ ਆਪਣੇ ਸਾਹਮਣੇ ਤੁਸੀਂ ਜਾਨਵਰ ਵੇਖਣਾ ਤੁਹਾਨੂੰ ਸਮਝ ਆਣੀ ਹੈ ਕਿ ਅਸੀਂ ਕੀ ਚੀਜ਼ ਪਰਚੇਜ਼ ਕਰ ਰਹੇ ਹਾਂ ਕੀ ਲੈ ਰਹੇ ਹਾਂ ਜਰਸੀ ਹਰ ਦੋਸਤ ਭਰਾ ਦੇ ਦਿਲ ਦੀ ਪਹਿਲੀ ਹਸਰਤ ਹੁੰਦੀ ਹੈ ਕਿ ਯਾਰ ਸਾਡੇ ਕੋਲ ਕੋਈ ਚੰਗੀ ਜਰਸੀ ਆਵੇ ਸਾਨੂੰ ਕੋਈ ਚੰਗੀ ਜਰਸੀ ਲੱਭੇ ਅੱਜ ਰਾਂਝਾ ਡੇਰੀ ਫਾਰਮ ਦੇ ਉੱਤੇ ਐਡਾ ਵੱਡਾ ਜਰਸੀ ਜਾਨਵਰ ਖਲੋਤਾ ਹੈ ਕਿ ਤੁਸੀਂ ਆਖੋਗੇ ਕਿ ਕੋਈ ਚੀਜ਼ ਹੈ ਮਾਸ਼ਾਅੱਲਾ ਬਲੱਡ ਪੂਰਾ ਪਿਊਰਟੀ ਪੂਰੀ ਫੇਸ ਸਟਰਕਚਰ ਵੇਖੋ ਮਾਸ਼ਾਅੱਲਾ ਕਾਲੇ ਮੁੱਠ ਵਾਲੇ ਥਣ ਚਾਚੂ ਜੀ ਦੂਜਣ ਇਹ ਪਹਿਲਾਂ ਨੇ ਜੀ ਮੂੰਹ ਵਿੱਚੋਂ ਚੌਗੀ ਉਹ ਐਂ ਜਿਦਾ ਚਾਚੂ ਐ ਕੱਦ ਬੁੱਤ ਹੋਵੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕਰਦਾ ਕਲੀਅਰ ਤੇ ਕਰੀਏ ਨਾ ਇੱਕ ਵਾਰੀ ਲਓ ਜੀ ਗਿਣ ਲਓ ਮੇਰੇ ਜਿਹੜੇ ਦੋਸਤ ਬਰਾਦ ਨੇ ਨਾ ਗਿਣਨੇ ਨੇ ਗਿਣ ਲਓ 4 ਦੰਦ ਕਲੀਅਰ ਜੇ ਤੇ ਮਾਸ਼ਾਅੱਲਾ ਐ ਗੁੱਲਾ ਜੇ ਇੱਕ ਵਾਰੀ ਐ ਵੇਖੋ ਕਾਲਾ ਮੁੱਠ ਵਾਲਾ ਥਣ ਇੱਥੇ ਕਾਬੂ ਕਰ ਇੱਕ ਵਾਰੀ ਕਾਬੂ ਕਰ ਲਾ ਦਿੱਤੇ ਪਰੇ ਪਰੇ ਦੀਵਾਰ ਵੱਲ ਪਰਤਾ ਨਾ ਇੱਕ ਵਾਰੀ ਪੂਰਾ ਆਰਡਰ ਵਿਖੰਡ ਹੋਰ ਪਰਤਾ ਇਹਨੂੰ ਬਸ ਇੱਥੇ ਖਿਲਾ ਐ ਵੇਖੋ ਜੀ ਮਾਸ਼ਾਅੱਲਾ ਜਗ੍ਹਾ ਜਿਹੜੀ ਜਗ੍ਹਾ ਤੇ ਮਾਲਕਾਂ ਦੇ ਪੈਸੇ ਹੁੰਦੇ ਨੇ ਪੂਰੇ ਫਿਰ ਕਿਆ ਇੱਕ ਵਾਰੀ ਪੂਰਾ ਫਿਰ ਕਿਆ ਜਾਨਵਰ ਵਿਖਾ ਦੋਤੋ ਜੀ ਵੱਡੀ ਵੈੜ ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਿਓ ਮੂੰਹ 'ਚੋਂ 4 ਦੰਦ ਹੋ ਕੇ ਉਹਦੇ ਕੋਲ ਤੁਸੀਂ ਦਰਖਤ ਚੈੱਕ ਆਊਟ ਕਰੋ ਕਿ ਕਿਤਨਾ ਖੂਬਸੂਰਤ ਬੋਡੀ ਸਟਰਕਚਰ ਹੈ ਵੱਡੀਆਂ ਵੈੜਾਂ 'ਚੋਂ ਵੈੜ ਲੱਗ ਰਹੀ ਹੈ ਮੈਂ ਆਪ ਸਮਝਿਆ ਦੂਜੇ ਨੇ ਖਿਲਾਰ ਇੱਥੇ ਇੱਕ ਵਾਰੀ ਹੱਥੇ ਲਾ ਦਿੱਤੇ ਫੇਸ ਵਿਖਾਉਣ ਦੇ ਮਾਸ਼ਾਅੱਲਾ ਬੂਥੀ ਵੇਖੋ ਦਰਖਤ ਫਿਰ ਜਾਉਣ ਮਾਲਕ ਦੇ ਪੈਸੇ ਉਦੋਂ ਪੂਰੇ ਹੁੰਦੇ ਨੇ ਜਦੋਂ ਪੂਰਾ ਜਾਨਵਰ ਵੇਖਦਾ ਕੁਆਲਿਟੀ ਵੇਖਦਾ ਬਰੀਡ ਵੇਖਦਾ ਬਲੱਡ ਵੇਖਦਾ ਅਤੇ ਅੱਜ ਚਾਚੇ ਦੋਸਤ ਮੁਹੰਮਦ ਸਾਹਿਬ ਕੋਲ ਮਾਸ਼ਾਅੱਲਾ ਜੀ ਹੀਰੇ ਖਲੋਤੇ ਜੇ ਹੁਣ ਵੀ ਨਾ ਤੁਹਾਨੂੰ ਪਸੰਦ ਆਵਣ ਫਿਰ ਮਰਜ਼ੀ ਆ ਲਿਓ ਇਹਦੇ ਵੇਖਦੇ ਮਾਸ਼ਾਅੱਲਾ ਚਾਚੂ ਜੀ ਜਰਸੀ ਜੀ ਪਹਿਲਣ ਚੌਗੀ ਬਲੱਡ ਪੂਰਾ
ਹੈਂ ਇੱਕ ਵਾਰੀ ਗੁੱਲੇ ਵੀ ਦਿਖਾਓ ਖਿਲਾ ਰੱਥੀ ਹੈ ਐ ਪੁੱਛ ਹਟਾਓ ਜੀ ਸ਼ੌਕ ਚਾਚੂ ਆਦਾ ਕਰਾ ਦੇ ਕਦੀ ਪੂਰਾ ਪੂਰਾ ਇਹ ਦੇਖ ਆਏ ਹਾਏ ਹਾਏ ਇਹ ਵੇਖ ਚਾਚੇ ਦੀ ਜਾਨ ਮਾਸ਼ਾਅੱਲਾ ਮਾਸ਼ਾਅੱਲਾ ਤੋਂ ਅੱਗੇ ਗੱਲ ਕੋਈ ਨਹੀਂ ਮਾਸ਼ਾਅੱਲਾ ਪੂਰੀ ਚੀਜ਼ ਹੈ ਕਮਾਲ ਦਾ ਹੀਰਾ ਕੀ ਪਿਆਰ ਮੁਹੱਬਤ ਹੈ ਗਾਂ ਜਿਵੇਂ ਮੁੱਲ ਤੇ ਲੱਗਦੇ ਫਿਰਦੇ ਨੇ 7 ਲੱਖ ਦੀ ਹੈ ਅੱਛਾ ਤੇ ਹੁਣ ਅਸੀਂ ਜਿਹੜਾ ਵਿੱਚੇ ਤਾਂ ਬਿਲਕੁਲ ਮੁਨਾਸਬ ਜਿਹਾ ਰੇਟ ਲੈਣਾ ਆ ਨਾ 6.5 ਲੱਖ ਲੈਣੇ ਦੇਣੇ ਵਾਲੀ ਗੱਲ ਲੈਣੇ 6.5 ਲੱਖ ਦੋਸਤੋ ਜੀ ਇਹ ਚੋਗੀ ਜਰਸੀ ਇਹਦੇ ਅੱਗੇ ਬੱਚੀ ਪਈ ਹੋਵੇ 7.5 ਲੱਖ ਮਾਸ਼ਾਅੱਲਾ ਜੀ ਇਹ ਚੋਗੀ ਵੈਰ ਤੁਹਾਡੇ ਸਾਹਮਣੇ ਜਰਸੀ ਬਲੱਡ ਦੀ ਸਿਰਫ ਔਰ ਸਿਰਫ 6,25,000 ਦੇ ਵਿੱਚ ਮੂੰਹ ਚੋਂ 4 ਦੰਦ ਔਰ ਲਾਂਗ ਟਰਮ ਚੱਲਣੇ ਵਾਲੀ ਨਸਲਾਂ ਨਾਲ ਚੱਲਣੇ ਵਾਲੀ ਜਿਹੜੇ ਬਰਾ ਦੇ ਨਾ ਸੀ 3 ਸੂਏ 4 ਸੂਏ ਜਾਨਵਰ ਰੱਖੀਏ 5 ਸੂਏ ਜਾਨਵਰ ਆਪਣੇ ਕੋਲ ਰੱਖੀਏ ਤਾਂ ਮਸਲਾ ਕੋਈ ਨਾ ਹੋਵੇ ਇਹ ਉਹਨਾਂ ਬਰਾਵਾਂ ਲਈਜੇ ਬੇਸ਼ੱਕ 3 ਤੋਂ 4 ਸੂਏ ਇਸ ਵੈਰ ਨੂੰ ਰੱਖੋ ਕੋਈ ਮਸਲ ਲੂਜ਼ ਕਰ ਥੋੜ੍ਹੀ ਕੋਈ ਟੈਨਸ਼ਨ ਨਹੀਂ ਪਰੇਸ਼ਾਨੀ ਨਹੀਂ ਵੇਖੋ ਖਲੋਣੀਆਂ ਵੈਰ ਦਾ ਕੱਦ ਬਹੁਤ ਹਾਈਟ ਬੋਡੀ ਵੇਟ ਸਿਰਫ ਔਰ ਸਿਰਫ 6,25,000 ਚਾਚੂ ਹੈ ਕੋਈ ਥੋੜ੍ਹੀ ਬਹੁਤੀ ਕਮੀ ਬੇਸ਼ੀ ਕੋਈ ਕਮੀ ਬੇਸ਼ੀ ਨਹੀਂ ਦੁੱਧ ਦੀ ਫੁੱਲ ਐਂਡ ਫਾਈਨਲ ਰੇਟ ਹੈ 6,25,000 ਰੁਪਇਆ ਦਾਣਾ ਨੰਬਰ 2 ਸੀ ਚੱਲ ਤਾਂ ਦਾਣਾ ਨੰਬਰ 3 ਕਿਧਰ ਦੋਸਤੋ ਜੀ ਦਾਣਾ ਨੰਬਰ 3 ਅੱਜ ਦੀ ਵੀਡੀਓ ਦਾ ਆਖਰੀ ਜਾਨਵਰ ਮਾਸ਼ਾਅੱਲਾ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਔਰ ਕਹਿੰਦੇ ਜੀ ਜਰਸੀ ਇੱਕ ਹੋਰ ਆਈ ਹੈ ਬੜੀ ਪਿਆਰੀ ਜਿਹੀ ਮਾਸ਼ਾਅੱਲਾ ਪਹਿਲੀ ਜਰਸੀ ਵੀ ਤੁਸੀਂ ਵੇਖਿਓ ਯੰਗ ਮੂੰਹ 'ਚ 4 ਦੰਦ ਸੀ ਇਹ ਤਾਂ ਚਾਚੂ ਹੁਣ ਪਹਿਲਣ ਨਹੀਂ ਨਾ ਦੂਜੇ ਵਾਰੀ ਹੈ ਇਹਦਾ ਕੱਟ ਵਾਲਾ ਲਿਬਾਸ ਦੱਸ ਰਿਹਾ ਹਲੇ ਲਚਕ ਦੱਸ ਰਹੀ ਹੈ ਕਿ ਬੜਾ ਬਣੇਗੀ ਥੱਲਿਓ ਜਾ ਕੇ ਮਾਸ਼ਾਅੱਲਾ ਥੱਬੇ ਲਾਏਗੀ ਔਰ ਕੱਟ ਵਾਲਾ ਲਿਬਾਸ ਦੱਸੇਗੀ ਕਿ ਇਹਨੂੰ ਕਹੀਦਾ ਕੱਟ ਵਾਲਾ ਲਿਬਾਸ ਖਿਲਾਰੀ ਇੱਕ ਵਾਰੀ ਜਿੱਥੇ ਖਲੋਣ ਦੇ ਆਪਣੀ ਮਰਜ਼ੀ ਨਾਲ ਇੱਕ ਵਾਰੀ ਗੁੱਲੇ ਵਿਖਾਉਣ ਦੇ ਇੱਕ ਵਾਰੀ ਮਾਸ਼ਾਅੱਲਾ ਜੀ ਮੇਰੇ ਭਰਾਵਾਂ ਵਾਸਤੇ ਅੱਛੀ ਚੀਜ਼ ਔਰ ਇੱਥੇ ਥਾਣ ਖਿਲੇ ਵੇਖੋ ਜੀ ਜ਼ਰਕ ਤਸੱਲੀ ਨਾਲ ਜਾਨਵਰ ਚੈੱਕ ਕਰਿਆ ਕਰੋ ਪੂਰੀ ਚੀਜ਼ ਵਿਖਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਨੇ ਆਪਣੇ ਕੋਈ ਚੀਜ਼ ਰਹਿ ਜਾਵੇ ਤਾਂ ਤੁਸੀਂ ਬਾਅਦ 'ਚ ਵੀ ਨੰਬਰ ਮੌਜੂਦ ਹੈ ਸਕਰੀਨ 'ਤੇ ਚੈੱਕ ਕਰਕੇ ਬੇਸ਼ੱਕ ਉਹਨਾਂ ਨੂੰ ਕਾਲ ਕਰੋ ਆਖੋ ਵਟਸਐਪ ਇਹ ਚੀਜ਼ ਚਾਹੀਦੀ ਹੈ ਅਸੀਂ ਵੀਡੀਓ 'ਚ ਨਹੀਂ ਵੇਖ ਸਕੇ ਦੁਬਾਰਾ ਤੋਂ ਭੇਜੋ ਦੂਜਣ ਬੈਠ ਦੂਜਾ ਦੰਦ ਮੂੰਹ ਦੀ ਦੰਦ ਮੂੰਹ ਦੀ ਛਿੱਗੀ 6 ਦੰਦ ਸੈਕੰਡ ਟਾਈਮਰ ਅਜੇ ਕੱਚੀ ਪਈ ਰਬੜਾ ਕੱਚੀ ਪਈ ਇਹ ਜੇ ਡਾੜੇ ਇਸ ਕੰਮ ਆ ਕੰਮ 15 ਲੈ ਜਾਣਾ 10 ਤੋਂ ਰਬੜਾ ਆ ਰੇ ਇਹ ਵੇਖੋ ਦੋਤੋ ਜੀ ਡਾੜੇ 10 ਤੋਂ 15 ਆਏ ਹਾਏ ਮਾਸ਼ਾਅੱਲਾ ਫੇ ਕੱਢ ਬਈ ਬਾਹਰ ਦੋਤੋ ਜੀ ਜਿਹੜੀ ਵੈੜਾਂ ਵੀ ਮੈਂ ਤੁਹਾਨੂੰ ਕਹਿਣਾ ਵਾ ਤੁਹਾਨੂੰ ਦਿਲ ਕਰਦਾ ਹੈ ਚੀਜ਼ ਅੱਛੀ ਲਿਆ ਕਰੋ 2 ਦੀ ਜਾਂ 1 ਰੱਖ ਲਓ ਚੰਗੀ ਲੈ ਲਓ ਵਕਤੀ ਪੈਸੇ ਲਾ ਲੈਣੇ ਬੈਟਰ ਹੁੰਦੇ ਨੇ ਬਿਹਤਰ ਹੁੰਦੇ ਨੇ ਕਿ ਨਾ ਕਿ ਬਾਅਦ 'ਚ ਤੁਸੀਂ ਪਛਤਾਓ ਅਗਰ ਕੋਈ ਜਾਨਵਰ ਤੁਸੀਂ 3 ਲੱਖ ਵਾਲਾ ਲੈ ਰਹੇ ਹੋ ਦੁੱਧ 10-12 ਲੀਟਰ ਚੋ ਰਹੇ ਹੋ ਅਤੇ ਜੇਕਰ ਇੰਝ ਦਾ ਲਵੋਗੇ ਤਾਂ ਜਦੋਂ 20-22 ਲੀਟਰ 24 ਲੀਟਰ 26 ਲੀਟਰ ਚੋਵੋਗੇ ਨਾ ਅਤੇ ਖਰਚਾ 1 ਜਾਨਵਰ ਦਾ ਅਤੇ ਦੁੱਧ 2 ਜਾਨਵਰਾਂ ਦਾ ਫਿਰ ਤੁਸੀਂ ਆਖਣਾ ਕਿ ਯਾਰ ਵਾਕਈ ਬੈਟਰ ਸੀ ਕਿ 2 ਦੀ ਜਾਂ 1 ਰੱਖਿਆ ਅੱਜ ਆਖਰੀ ਜਾਨਵਰ ਹੈ ਅਤੇ ਮੁਖਤਸਰ ਜੀ ਗੱਲ ਕੱਚੀ ਹੈ 5,95,000 ਦਾ 5 ਲੱਖ 95,000 ਮੀਆਂਵਾਲ ਰਾਂਝਾ ਦੀ ਲੋਕੇਸ਼ਨ ਸੀ ਰਾਂਝਾ ਡੇਰੀ ਫਾਰਮ ਔਰ ਅੰਕਲ ਦੋਸਤ ਮੁਹੰਮਦ ਸਾਹਿਬ ਮੇਰੇ ਨਾਲ ਮੌਜੂਦ ਸੀ ਜਰਸੀ ਆਸਟ੍ਰੇਲੀਅਨ ਫ੍ਰੀਜ਼ੀਅਨ ਮਾਸ਼ਾਅੱਲਾ ਚੋਲਿਸਤਾਨੀ ਗਰਲੈਂਡੋ ਇਹ ਅੱਜ ਦੀ ਵੀਡੀਓ 'ਚ ਤੁਹਾਨੂੰ 3 ਹੀਰਿਆਂ ਦਾ ਸ਼ੌਕ ਕਰਾਇਆ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਦੱਸਿਓ ਔਰ ਮੌਕੇ 'ਤੇ ਆ ਕੇ ਤੁਸੀਂ ਵੀ ਅੱਛੀ ਚੀਜ਼ ਨੂੰ ਸਿਲੈਕਟ ਕਰ ਸਕਦੇ ਹੋ ਅੱਲਾ ਹਾਫਿਜ਼ ਜੀ ਪਾਕਿਸਤਾਨ ਜ਼ਿੰਦਾਬਾਦ